ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਅਰਬੀ ਦੀ ਸਬਜ਼ੀ। ਉਹਦੇ ਲਈ ਅਸੀਂ ਲਵਾਂਗੇ 1/2 ਕਿਲੋ ਅਰਬੀ, 2 ਪਿਆਜ਼, 1 ਟਮਾਟਰ, 1 ਹਰੀ ਮਿਰਚ। ਚਲੋ ਅਸੀਂ 5 ਮਿੰਟ ਵਿੱਚ ਬਣ ਕੇ ਸਬਜ਼ੀ ਰੈਡੀ ਕਰ ਲੈਂਦੇ ਹਾਂ। ਕੜਾਈ ਵਿੱਚ ਪਾਵਾਂਗੇ ਅਸੀਂ 2 ਚਮਚ ਰਿਫਾਈਂਡ ਓਇਲ ਦੇ, ਅਤੇ ਪਹਿਲਾਂ ਅਸੀਂ ਸਬਜ਼ੀ ਨੂੰ ਅਰਬੀ ਨੂੰ ਫਰਾਈ ਕਰ ਲਵਾਂਗੇ। ਅਰਬੀ ਨੂੰ ਅਸੀਂ ਸਿਰਫ 1-1.5 ਮਿੰਟ ਤੱਕ ਫਰਾਈ ਕਰਾਂਗੇ। ਸਬਜ਼ੀ ਸਾਡੀ ਅਰਬੀ ਜਦੋਂ ਬਰਾਊਨ ਹੋਣ ਲੱਗ ਜਾਏਗੀ, ਅਸੀਂ ਇਹਦੇ ਵਿੱਚ ਪਾ ਦੇਵਾਂਗੇ ਪਿਆਜ਼ ਜਿਹੜੇ ਕਿ ਅਸੀਂ ਕੱਟ ਕੇ ਰੱਖੇ ਹੋਏ ਹੈ। ਤੁਸੀਂ ਚਾਹੋ ਤਾਂ ਇਹਨਾਂ ਨੂੰ ਬਰੀਕ ਵੀ ਕੱਟ ਸਕਦੇ ਹੋ, ਪਰ ਮੈਂ ਲੰਬਾ ਲੰਬਾ ਸਾਈਜ਼ ਇਹਨਾਂ ਦਾ ਲਿਆ ਵੈ। ਸੁੱਕੀ ਸਬਜ਼ੀ ਵਿੱਚ ਇਸ ਤਰ੍ਹਾਂ ਦੇ ਪਿਆਜ਼ ਜ਼ਿਆਦਾ ਅੱਛੇ ਲੱਗਦੇ ਨੇ। ਇਹਨਾਂ ਨੂੰ ਵੀ ਅਸੀਂ ਥੋੜ੍ਹੀ ਦੇਰ 2 ਮਿੰਟ ਤੱਕ ਭੁੰਨਾਂਗੇ। 2 ਮਿੰਟ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਦੇਖੋ 2 ਮਿੰਟ ਅਸੀਂ ਇਹਨਾਂ ਨੂੰ ਭੁੰਨ ਲਿਆ, ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਚਮਚ ਲੂਣ, ਥੋੜ੍ਹੀ ਜਿਹੀ 1/2 ਚਮਚ ਤੋਂ ਵੀ ਘੱਟ ਮੈਂ ਮਿਰਚ ਦਾ ਪਾਵਾਂਗੀ। ਅਤੇ 1/2 ਚਮਚ ਜਿੰਨੀ ਅਸੀਂ ਹਲਦੀ ਲਵਾਂਗੇ। ਬਸ ਅਸੀਂ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ। ਗਾਈਜ਼, ਇਹ 5 ਮਿੰਟ ਵਿੱਚ ਸਬਜ਼ੀ ਰੈਡੀ ਹੋ ਜਾਂਦੀ ਹੈ ਅਗਰ ਅਸੀਂ ਅਰਬੀ ਨੂੰ ਫਰਾਈ ਕਰ ਲੈਂਦੇ ਹਾਂ। 1 ਮਿੰਟ ਤੱਕ ਅਸੀਂ ਇਹਨਾਂ ਨੂੰ ਭੁੰਨਾਂਗੇ। ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ, ਹਰੀ ਮਿਰਚ ਜਿਹੜੀ ਅਸੀਂ ਕੱਟ ਕੇ ਰੱਖੀ ਸੀ ਉਹ ਐਡ ਕਰ ਦੇਵਾਂਗੇ। ਹੁਣ ਫਿਰ 1 ਮਿੰਟ ਤੱਕ ਅਸੀਂ ਇਹਨੂੰ ਮਿਕਸ ਕਰਕੇ ਭੁੰਨਾਂਗੇ। ਉਸ ਤੋਂ ਬਾਅਦ ਸਾਡੀ ਸਬਜ਼ੀ ਰੈਡੀ ਹੋ ਜਾਏਗੀ। ਸਿਰਫ 1 ਮਿੰਟ ਭੁੰਨਣਾ ਇਹਨੂੰ। ਆਲਮੋਸਟ ਸਾਡੀ ਸਬਜ਼ੀ ਬਣ ਜਾਏਗੀ। ਦੇਖੋ ਗਾਇਸ, ਇਹਦੇ ਉੱਤੇ ਮੈਂ ਹੁਣ ਧਨੀਆ ਪਾਇਆ, ਸਬਜ਼ੀ ਬਣ ਚੁੱਕੀ ਹੈ ਸਾਡੀ, ਅਤੇ ਬਹੁਤ ਅੱਛਾ ਕਲਰ ਆਇਆ ਇਹਦਾ, ਬਹੁਤ ਹੀ ਅੱਛਾ ਟੇਸਟ ਹੈ। ਤੁਸੀਂ ਵੀ ਘਰੇ ਬਣਾ ਕੇ ਰੈਡੀ ਕਰਨ ਦੀ ਪੂਰੀ ਰੈਸਿਪੀ ਦੇਖਣਾ ਕਿ ਕਿਸ ਤਰ੍ਹਾਂ ਬਣਦੀ ਹੈ, ਅਤੇ ਤੁਹਾਡੀ ਸਬਜ਼ੀ ਵੀ ਬਹੁਤ ਵਧੀਆ ਬਣੇਗੀ। ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ। ਬਾਏ ਗਾਇਜ਼।